ਅੱਛਾ ਜੀ, ਫਰਾਂਸ ਜਿਹੜਾ ਆ ਉਹ ਹਮੇਸ਼ਾ ਭਾਰਤ ਦੇ ਨਾਲ ਜਿਹੜਾ ਉਹ ਕੰਧੇ ਨਾਲ ਕੰਧਾ ਮਿਲਾ ਕੇ ਜਿਹੜਾ ਉਹ ਚੱਲਦਾ ਰਿਹਾ ਆ। ਸੋ ਜੀ, ਹੁਣ ਫਰਾਂਸੀਸੀ ਰਾਸ਼ਟਰਪਤੀ ਮੈਕਰੋਂ ਨੇ ਕਿਹਾ ਆ ਕਿ ਭਾਰਤ UNSC ਦਾ ਸਥਾਈ ਸਦੱਸਿਆ ਬਣੇ। ਕਿਹਾ ਕਿ ਸੰਸਥਾ ਦੇ ਵਿੱਚ ਸੁਧਾਰ ਦੀ ਜ਼ਰੂਰਤ, ਜਾਪਾਨ ਜਰਮਨੀ ਸਮੇਤ 2 ਅਫਰੀਕੀ ਦੇਸ਼ਾਂ ਦੀ ਸਦੱਸਿਅਤਾ ਦਾ ਸਮਰਥਨ। ਸੋ ਪੂਰੀ ਜੀ ਗੱਲਬਾਤ ਸੁਣ ਲਈ ਉਹ ਫੇਰ ਹੀ ਤੁਹਾਨੂੰ ਸਮਝ ਲੱਗੇਗੀ। ਤੇ ਇੰਸਟਾਗ੍ਰਾਮ ਆ ਜੀ ਦੀਪਕ ਇਨ ਪੈਰਸ 6, ਉਹ ਜ਼ਰੂਰ ਫੋਲੋ ਕਰਿਓ। ਸੋ ਫਰਾਂਸ ਦੇ ਰਾਸ਼ਟਰਪਤੀ ਮੈਨੁਅਲ ਮੈਕਰੋਂ ਨੇ UNSC ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਵਿੱਚ ਭਾਰਤ ਦੀ ਪਰਮਾਨੈਂਟ ਸੀਟ ਸਥਾਈ ਸਦੱਸਿਅਤਾ ਦਾ ਸਮਰਥਨ ਕੀਤਾ ਆ। ਮੰਗਲਵਾਰ 25 ਸਤੰਬਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ UNGA ਦੇ ਵਿੱਚ ਦਿੱਤੇ ਗਏ ਭਾਸ਼ਣ ਦੇ ਵਿੱਚ ਮੈਕਰੋਂ ਨੇ ਕਿਹਾ ਕਿ ਫਰਾਂਸ UNSC ਦੇ ਵਿੱਚ ਸਥਾਈ ਸਦੱਸਿਆਂ ਦੀ ਸੰਖਿਆ ਵਧਾਉਣ ਦਾ ਸਮਰਥਨ ਕਰਦਾ ਆ। ਮੈਕਰੋਂ ਨੇ UNSC ਦੇ ਵਿੱਚ ਭਾਰਤ ਦੇ ਇਲਾਵਾ ਜਰਮਨੀ, ਜਾਪਾਨ, ਬ੍ਰਾਜ਼ਿਲ ਤੇ 2 ਅਫਰੀਕੀ ਦੇਸ਼ਾਂ ਨੂੰ ਸਦੱਸਿਅਤਾ ਦੇਣ ਲਈ ਕਿਹਾ ਆ। ਉਨ੍ਹਾਂ ਨੇ ਇਹਨੂੰ UNSC ਦਾ ਜਿਹੜਾ ਉਹ ਸਮਾਵੇਸ਼ੀ ਬਣਾਉਣ ਦੇ ਲਈ ਜ਼ਰੂਰੀ ਕਦਮ ਦੱਸਿਆ ਆ। ਇਸ ਤੋਂ ਇਲਾਵਾ ਮੈਕਰੋਂ ਨੇ ਸੰਸਥਾ ਦੇ ਕੰਮ ਦੇ ਵਿੱਚ ਬਦਲਾਅ ਦੇ ਲਈ ਇਹਦੇ 'ਚ ਸੁਧਾਰਾਂ ਦੀ ਗੱਲ ਵੀ ਕੀਤੀ ਆ। ਇਸ ਤੋਂ ਪਹਿਲਾਂ 21 ਸਤੰਬਰ ਨੂੰ ਕੁਆਡ ਦੇਸ਼ਾਂ ਦੀ ਤਰਫ ਤੋਂ ਜਾਰੀ ਕੀਤੇ ਗਏ ਸੰਯੁਕਤ ਬਿਆਨ ਦੇ ਵਿੱਚ ਵੀ UNSC ਦੇ ਵਿੱਚ ਸੁਧਾਰ ਕਰਨ ਦੇ ਲਈ ਕਿਹਾ ਗਿਆ ਸੀ। ਇਹਦੇ 'ਚ ਅਫਰੀਕੀ, ਏਸ਼ੀਆਈ, ਲੈਟਿਨ ਅਮਰੀਕੀ ਤੇ ਕੈਰੀਬੀਅਨ ਦੇਸ਼ਾਂ ਨੂੰ ਸ਼ਾਮਲ ਕਰਨ ਦੀ ਗੱਲ ਕਹੀ ਗਈ ਸੀ। ਭਾਰਤ ਕਿਉਂ ਚਾਹੁੰਦਾ ਆ ਜੀ? ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਯਾਨੀ UNSC ਸੰਯੁਕਤ ਰਾਸ਼ਟਰ ਦੇ 6 ਪ੍ਰਮੁੱਖ ਅੰਗਾਂ ਚੋਂ ਇੱਕ ਆ ਤੇ UN ਦੀ ਸਭ ਤੋਂ ਪਾਵਰਫੁਲ ਸੰਸਥਾ ਆ। ਇਸ ਦੇ ਉੱਤੇ ਅੰਤਰਰਾਸ਼ਟਰੀ ਸ਼ਾਂਤੀ ਤੇ ਸੁਰੱਖਿਆ ਸੁਨਿਸ਼ਚਿਤ ਕਰਨ ਤੇ ਸੰਯੁਕਤ ਰਾਸ਼ਟਰ ਚਾਰਟਰ ਦੇ ਵਿੱਚ ਕਿਸੇ ਵੀ ਬਦਲਾਅ ਨੂੰ ਮਨਜੂਰੀ ਦੇਣ ਦੀ ਜਿੰਮੇਵਾਰੀ ਆ। ਕੁਝ ਮਾਮਲਿਆਂ ਦੇ ਵਿੱਚ UNSC ਅੰਤਰਰਾਸ਼ਟਰੀ ਸ਼ਾਂਤੀ ਤੇ ਸੁਰੱਖਿਆ ਨੂੰ ਬਣਾਏ ਰੱਖਣ ਜਾਂ ਬਹਾਲ ਕਰਨ ਦੇ ਲਈ ਪ੍ਰਤੀਬੰਧ ਲਗਾਉਣ ਜਾਂ ਬਲ ਉਪਯੋਗ ਕਰਨ ਦਾ ਸਹਾਰਾ ਲੈ ਸਕਦੀ ਹੈ। ਯਾਨੀ ਅਗਰ ਭਾਰਤ ਵੀ UNSC ਦਾ ਪਰਮਾਨੈਂਟ ਮੈਂਬਰ ਬਣ ਗਿਆ ਤੇ ਦੁਨੀਆਂ ਦੇ ਕਿਸੇ ਵੀ ਵੱਡੇ ਮਸਲੇ ਦੇ ਉੱਤੇ ਉਹਦੀ ਸਹਿਮਤੀ ਜ਼ਰੂਰੀ ਹੋ ਜਾਏਗੀ। ਸੁਰੱਖਿਆ ਪਰਿਸ਼ਦ ਦੇ ਵਿੱਚ ਕੁੱਲ 15 ਸਦੱਸਿਆ, ਜਿਨ੍ਹਾਂ 'ਚ 5 ਸਥਾਈ, P5 ਤੇ 10 ਅਸਥਾਈ ਆ। ਸਥਾਈ ਸਦੱਸਿਆ 'ਚ ਅਮੈਰੀਕਾ, ਬ੍ਰਿਟੇਨ, ਫਰਾਂਸ, ਰੂਸ ਤੇ ਚੀਨ ਸ਼ਾਮਲ ਆ ਤੇ ਸਥਾਈ ਸਦੱਸਿਆ 'ਚ ਜਦੀ ਕੋਈ ਵੀ ਦੇਸ਼ ਕਿਸੇ ਫੈਸਲੇ ਤੇ ਅਸਹਿਮਤ ਹੁੰਦਾ ਤੇ ਵੀਟੋ ਪਾਵਰ ਦਾ ਇਸਤੇਮਾਲ ਕਰਕੇ ਉਹਨੂੰ ਪਾਸ ਹੋਣ ਤੇ ਜਿਹੜਾ ਉਹ ਰੋਕ ਸਕਦਾ ਆ। ਸੋ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦਿੱਤੀਏ ਵਿਸ਼ਵ ਯੁੱਧ ਤੋਂ ਬਾਅਦ 1945 ਦੇ ਵਿੱਚ 50 ਦੇਸ਼ਾਂ ਨੇ ਮਿਲ ਕੇ ਸੰਯੁਕਤ ਰਾਸ਼ਟਰ ਦੀ ਨੀਂਹ ਰੱਖੀ ਤੇ ਹੁਣ ਤੱਕ 193 ਦੇਸ਼ ਇਹਦੇ ਮੈਂਬਰ ਆ। ਸੰਯੁਕਤ ਰਾਸ਼ਟਰੀ ਸਭ ਤੋਂ ਤਾਕਤਵਰ ਬਾਡੀ ਦਾ ਨਾਮ ਆ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਯਾਨੀ UNSC। 5 ਦੇਸ਼ ਜਿਵੇਂ ਮੈਂ ਤੁਹਾਨੂੰ ਦੱਸਿਆ ਸਥਾਈ ਸਦੱਸਿਆ ਆ ਤੇ ਕੋਈ ਵੀ ਪ੍ਰਸਤਾਵ ਭਾਰਤ ਤੱਕ ਹੋਣ ਦੇ ਲਈ ਇਹਨਾਂ 5 ਦੀ ਜਿਹੜੀ ਸਹਿਮਤੀ ਜ਼ਰੂਰੀ ਆ। ਸੋ ਭਾਰਤ UNSC ਦੇ ਵਿੱਚ 6ਵੀਂ ਪਰਮਾਨੈਂਟ ਸੀਟ ਦਾ ਸਭ ਤੋਂ ਮਜ਼ਬੂਤ ਦਾਅਵੇਦਾਰ ਆ। ਦੁਨੀਆਂ ਦੀ 17% ਆਬਾਦੀ ਭਾਰਤ 'ਚ ਰਹਿੰਦੀ ਆ। 142 ਕਰੋੜ ਜਨਸੰਖਿਆ ਦੇ ਨਾਲ ਭਾਰਤ ਦਾ ਦੁਨੀਆਂ ਦਾ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਦੇਸ਼ ਆ। UNSC ਦੇ ਵਿੱਚ ਇੰਨੀ ਆਬਾਦੀ ਦਾ ਜਿਹੜਾ ਰਿਪ੍ਰਜੈਂਟੇਸ਼ਨ ਹੋਣਾ ਜ਼ਰੂਰੀ ਆ। ਪਿਛਲੇ 1 ਦਸ਼ਕ ਦੇ ਵਿੱਚ ਭਾਰਤ ਦੀ ਔਸਤਨ ਸਲਾਨਾ ਵਿਕਾਸ ਦਰ 7% ਰਹੀ ਆ। ਇਹ ਚੀਨ ਤੋਂ ਬਾਅਦ ਕਿਸੇ ਵੀ ਦੂਸਰੇ ਵੱਡੇ ਦੇਸ਼ ਦੀ ਤੁਲਨਾ 'ਚ ਸਭ ਤੋਂ ਜ਼ਿਆਦਾ ਆ। ਇਸ ਆਰਥਿਕ ਤਾਕਤ ਨੂੰ UNSC ਜਿਹੜਾ ਉਹ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਭਾਰਤ ਪਰਮਾਣੂ ਸ਼ਕਤੀ ਸੰਪੰਨ ਆ, ਲੇਕਿਨ ਉਹ ਇਹਦਾ ਦਿਖਾਵਾ ਨਹੀਂ ਕਰਦਾ। ਅਗਰ ਭਾਰਤ ਦੇ ਸੁਰੱਖਿਆ ਪਰਿਸ਼ਦ ਦੇ ਵਿੱਚ ਸ਼ਾਮਲ ਹੁੰਦਾ ਆ ਤੇ ਪਰਮਾਣੂ ਨੀ ਸਥਿਰੀਕਰਨ ਪ੍ਰੋਗਰਾਮ ਦੇ ਵਿੱਚ ਆਪਣਾ ਅਹਿਮ ਭੂਮਿਕਾ ਜਿਹੜੀ ਉਹ ਨਿਭਾ ਸਕਦਾ ਹੈ। ਇੰਟਰਨੈਸ਼ਨਲ ਥਿੰਕ ਟੈਂਕ ਅਟਲਾਂਟਿਕ ਕਾਊਂਸਲ ਦੇ ਸਰਵੇ ਦੇ ਮੁਤਾਬਕ ਜੇਕਰ ਅਗਲੇ 1 ਦਸ਼ਕ ਦੇ ਵਿੱਚ UNSC ਦਾ ਵਿਸਤਾਰ ਹੁੰਦਾ ਤੇ ਸਭ ਤੋਂ ਜ਼ਿਆਦਾ ਭਾਰਤ ਦੇ ਲਈ ਉਹ ਮੌਕੇ ਹੋਣਗੇ। ਸੋ ਇਹ ਵੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਸਭ ਤੋਂ ਵੱਡਾ ਰੋੜਾ ਜਿਹੜਾ ਭਾਰਤ ਦੀ ਸਦੱਸਿਅਤਾ ਵਿੱਚ ਚੀਨ ਆ। UNSC ਦੇ 5 ਪਰਮਾਨੈਂਟ ਮੈਂਬਰ ਆ, ਅਮਰੀਕਾ, ਬ੍ਰਿਟੇਨ, ਫਰਾਂਸ, ਰੂਸ ਤੇ ਚੀਨ। ਇਹਨਾਂ 'ਚ 4 ਭਾਰਤ ਨੂੰ ਸਮਰਥਨ ਦੇਣ ਨੂੰ ਤਿਆਰ ਆ, ਲੇਕਿਨ ਚਾਈਨਾ ਨਹੀਂ ਚਾਹੁੰਦਾ ਕਿ UN ਦੀ ਸਭ ਤੋਂ ਤਾਕਤਵਰ ਬਾਡੀ ਦੇ ਉੱਤੇ ਭਾਰਤ ਨੂੰ ਐਂਟਰੀ ਮਿਲੇ ਤੇ ਸੰਯੁਕਤ ਰਾਸ਼ਟਰ ਪਰਿਸ਼ਦ ਦੇ ਵਿੱਚ ਕੋਈ ਵੀ ਪ੍ਰਸਤਾਵ ਪਾਰਿਤ ਕਰਨ ਦੇ ਲਈ 5 ਸਥਾਈ ਦੇਸ਼ਾਂ ਦਾ ਸਮਰਥਨ ਜ਼ਰੂਰੀ ਆ। ਸੋ ਲੇਕਿਨ ਇਹ ਮਿਲੇਗੀ ਜ਼ਰੂਰ, ਇੱਕ ਨਾ ਇੱਕ ਦਿਨ ਇਹ ਤੁਸੀਂ ਦੇਖ ਲਈਓ ਤੇ ਚੈੱਕ ਕਰਦੇ ਰਹੋ, ਖ਼ਬਰਾਂ ਜਿਹੜੀਆਂ ਉਹ ਲਗਾਤਾਰ ਆ ਰਹੀਆਂ।